ਅਕਾਲੀ ਦਲ ਭਾਜਪਾ ਦੇ ਗਠਬੰਧਨ ਦੀਆਂ ਚਰਚਾਵਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਆਈ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਟ ਜੋੜ ਹੋਣਾ ਚਾਹੀਦਾ ਹੈ ਜੇਕਰ ਇਹ ਗੱਟ ਜੋੜ ਹੋ ਗਿਆ ਤਾਂ ਫਿਰ ਅਸੀਂ ਸਾਰੀਆਂ ਸੀਟਾਂ ਪੰਜਾਬ ਦੇ ਵਿੱਚ ਜਿੱਤਾਂਗੇ ਪੰਜਾਬ ਦੇ ਖਜ਼ਾਨਾ ਮੰਤਰੀ ਨਾਲ ਗੱਲਬਾਤ ਕਰ ਲੈਣੇ ਮੰਤਰੀ ਸਾਹਿਬ ਲਗਾਤਾਰ ਚਰਚਾਵਾਂ ਸਿਗੀਆਂ ਅਕਾਲੀ ਭਾਜਪਾ ਦੇ ਗੱਟ ਜੋੜ ਨੂੰ ਲੈ ਕੇ ਹੁਣ ਪ੍ਰਧਾਨ ਮੰਤਰੀ ਨਾਲ ਕੈਪਟਨ ਅਮਰਿੰਦਰ ਸਿੰਘ ਮਿਲੇ ਉਹ ਵੀ ਇਸ ਬਾਬਤ ਕਹਿ ਰਹੇ ਨੇ ਕਿ ਜਲਦ ਤੋਂ ਜਲਦ ਅਲਾਈਂਸ ਕਰ ਲਓ ਜੇ ਸਾਰੀਆਂ ਸੀਟਾਂ ਜਿੱਤਣੀਆਂ ਨੇ ਅਕਾਲੀ ਭਾਜਪਾ ਦਾ ਐਲਾਈਂਸ ਹੁੰਦਾ ਹੈ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਕੋਈ ਖਤਰਾ ਹੈ ਆ ਦੇਖੋ ਪਿਛਲੇ 5 ਸਾਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ اپੋਜੀਸ਼ਨ ਦੇ ਵਿੱਚ ਸੀ ਜਦੋਂ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਜਾਗਾਇਆ ਸੀਗਾ ਕੱਲੇ-ਕੱਲੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਸੀਗਾ ਕਿ ਅਕਾਲੀ ਦਲ ਤੇ ਕੈਪਟਨ ਸਾਹਿਬ ਮਿਲੇ ਹੋਏ ਨੇ ਅੱਜ ਕੈਪਟਨ ਸਾਹਿਬ ਭਾਜਪਾ ਦੇ ਵਿੱਚ ਨੇ ਚਾਹੇ ਪਰ ਲੇਕਿਨ ਉਸ ਸਮੇਂ ਵੀ ਕੋਈ ਭੂਮਿਕਾ ਨਿਭਾਉਂਦੇ ਸੀਗੇ ਇਹ ਗੱਲ ਹੁਣ ਜਗ ਜਹਾਰ ਹੋ ਗਈ ਕਿ ਚਾਹੇ ਕੈਪਟਨ ਸਾਹਿਬ ਨੇ ਚاہے ਸੁਖਵੀਰ ਬਾਦਲ ਜੀ ਨੇ ਇਹ ਸਭ ਰਲੇ ਮਿਲੇ ਨੇਗੇ ਇਹਨਾਂ ਨੇ ਪਿਛਲੇ 25 30 ਸਾਲ ਪੰਜਾਬ ਨੂੰ ਬੁਰੀ ਤਰ੍ਹਾਂ ਬਰਬਾਦ ਕੀਤਾ ਪੰਜਾਬ ਦੇ ਅੰਦਰ ਨਸ਼ਾ ਫੈਲਾਇਆ ਪੰਜਾਬ ਦੇ ਅੰਦਰ ਡਰਗ ਲੈ ਕੇ ਆਏ ਪੰਜਾਬ ਦੀ ਆਰਥਿਕਤਾ ਨੂੰ ਤੋੜਿਆ ਪੰਜਾਬ ਦੇ ਅੰਦਰ ਗੈਂਗਸਟਰ ਪੈਦਾ ਕੀਤੇ ਇਹ ਸਾਰਾ ਕੁਝ ਇਹਨਾਂ ਦੇ ਹਿੱਸੇ ਆਉਂਦਾਗਾ ਚਾਹੇ ਕੈਪਟਨ ਸਾਹਿਬ ਨੇ ਚਾਹੇ ਮੈਂ ਸਮਝਦਾ ਅਕਾਲੀ ਦਲ ਆ ਚਾਹੇ ਭਾਜਪਾ ਆ ਜਿਨੇ ਮਰਜ਼ੀ ਗੱਠਜੋੜ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਜਦੋਂ ਪਹਿਲੀ ਵਾਰ ਕਿਸਾਨੀ ਅੰਦোলন ਚੱਲਿਆ ਸੀਗਾ ਤਾਂ ਉਸ ਸਮੇਂ 700 ਤੋਂ ਉੱਪਰ ਕਿਸਾਨ ਪੰਜਾਬ ਦਾ ਸ਼ਹਾਦਤ ਸ਼ਹੀਦ ਹੋ ਗਿਆ ਸੀ ਸ਼ਹਾਦਤ ਦਾ ਜੰਮ ਪੀ ਗਿਆ ਸੀਗਾ ਉਹਦੇ ਪਿੱਛੇ ਅਸੀਂ ਉਦੋਂ ਵੀ ਕਹਿੰਦੇ ਸੀਗੇ ਕਿ ਕੈਪਟਨ ਸਾਹਿਬ ਭਾਜਪਾ ਲਈ ਕੰਮ ਕਰਦੇ ਨੇਗੇ ਸੋ ਅੱਜ ਤੱਕ ਬਿਲਕੁਲ ਜਿਹੜੀ ਬਿੱਲੀ ਆ ਉਹ ਥੈਲੀੋਂ ਬਾਹਰ ਆ ਗਈ ਕਿ ਕੈਪਟਨ ਸਾਹਿਬ ਉਸ ਸਮੇਂ ਵੀ ਭਾਜਪਾ ਲਈ ਕੰਮ ਕਰਦੇ ਸੀ ਅੱਜ ਵੀ ਭਾਜਪਾ ਲਈ ਕੰਮ ਕਰਦੇ ਨੇ ਅੱਜ ਭਾਜਪਾ ਦੇ ਮਤਾਈ ਬਣੇ ਖੜੇ ਨੇਗੇ ਪੰਜਾਬ ਦੇ ਵਿੱਚ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੇ ਕਿਸਾਨ ਦੀ ਪਿਆਰਾ ਇਹਨਾਂ ਨੂੰ ਪੰਜਾਬ ਨਹੀਂ ਪਿਆਰਾ ਇਹਨਾਂ ਨੂੰ ਇਹਨਾਂ ਨੂੰ ਆਪਣੀ ਕੁਰਸੀ ਪਿਆਰੀ ਆ ਜਿੰਨੇ ਮਰਜ਼ੀ ਗੱਠਜੋੜ ਕਰ ਲੈਣਾ ਪੰਜਾਬ ਦੇ ਲੋਕਾਂ ਨੂੰ ਸ਼ੀਸ਼ਾ ਦਿਖਾਉਣਾਗਾ ਔਰ ਉਹਨਾਂ ਦੀ ਵੱਡੀ ਹਾਰ ਹੋਣ ਜਾ ਰਹੀ ਆ ਅੱਜ ਵੀ ਮੈਂ ਸਮਝਦਾ ਕਿਸਾਨੀ ਅੰਦੋਲਨ ਚੱਲ ਰਿਹਾ ਕਿਹੜੇ ਬੂਨਾ ਗੱਠਜੋੜ ਕਰੂਗਾ ਅਕਾਲੀ ਦਲ ਅਕਾਲੀ ਦਲ ਨੇ ਗੱਠਜੋੜ ਤੋੜਿਆ ਕਿਉਂ ਸੀਗਾ ਉਸ ਸਮੇਂ ਡਰਾਮਾ ਕੀਤਾ ਸੀ ਕਿ ਅਸੀਂ ਗੱਠਜੋੜ ਤੋੜ ਤਾ ਕਿਉਂ ਤੋੜਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨੀ ਦਾ ਪ੍ਰੈਸ਼ਰ ਸੀ ਅਕਾਲੀ ਦਲ ਉੱਪਰ ਕਿ ਤੁਸੀਂ ਬੀਜੇਪੀ ਨੂੰ ਗੱਠਜੋੜ ਤੋੜੋ ਉਦੋਂ ਗੱਠਜੋੜ ਤੁਰ ਲਿਆ ਹੁਣ ਕਿਹੜੇ ਬੂਨਾ ਕਰਨਗੇ ਮੰ ਮੰਗ ਤਾਂ ਜਿਹੜੀ ਆ ਉਹ ਇੱਕ ਵੀ ਨਹੀਂ ਮੰਨੇਗੀ ਸੋ ਮੈਂ ਸਮਝਦਾ ਚਾਹੇ ਭਾਜਪੀ ਨਾਲ ਗੱਠਜੋੜ ਕਰ ਲੈਣਾ ਚਾਹੇ ਕਿਸੇ ਹੋਰ ਨਾਲ ਗੱਠਜੋੜ ਕਰ ਲੈਣਾ ਅਕਾਲੀ ਦਲ ਅਕਾਲੀ ਦਲ ਨੂੰ ਕੋਈ ਮੂੰਹ ਨਹੀਂ ਲਾਊਗਾ ਪੰਜਾਬ ਵਿੱਚ ਜਿੰਨਾ ਮੈਂ ਸਮਝਦਾ ਸਿੱਖੀ ਦਾ ਕਾਣ ਅਕਾਲੀ ਦਲ ਦੇ ਸਮੇ ਹੋਇਆ ਉਹਨਾਂ ਕਦੇ ਨਹੀਂ ਹੋਇਆਗਾ ਉਹਨਾਂ ਉਹਨਾਂ ਬਰਬਾਦ ਕਦੇ ਵੀ ਪੰਜਾਬ ਨਹੀਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਕੋਲੇ ਅੱਜ ਮੈਂ ਤੁਸੀਂ ਹਾਲਾਤ ਦੇਖ ਲਓ ਕੀ ਕੀ ਨਗੇ ਸੋ ਮੈਂ ਕਹਿਣਾਗਾ ਕਿ ਅਕਾਲੀ ਦਲ ਨਾਲ ਗੱਠਜੋੜ ਬੀਜੇਪੀ ਕਰ ਲੇ ਜਾਂ ਬੀਜੇਪੀ ਕੇ ਜਿਦਾਂ ਮਰਜ਼ੀ ਕਰ ਲੇ ਪਰ ਪੰਜਾਬ ਚ ਸਕਸੈਸ ਨਹੀਂ ਹੋਣਗੇ ਬੁਰੀ ਤਰ੍ਹਾਂ ਫੇਲ ਹੋਣਗੇ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਕਿਉਂ ਕੈਪਟਨ ਨੇ ਕਿਹਾ ਕਿ ਸੁਨੀਲ ਜਾਖੜ ਨਾਲ ਮੇਰੀ ਗੱਲਬਾਤ ਹੋਈ ਹੈ ਅਲਾਈਅੰਸ ਨੂੰ ਲੈ ਕੇ ਉਹ ਵੀ ਇਸ ਦੇ ਹੱਕ ਦੇ ਵਿੱਚ ਨੇ ਅਲਾਈਅੰਸ ਨਾਲ ਤੁਹਾਨੂੰ ਲੱਗਦਾ ਨਹੀਂ ਕੋਈ ਫਰਕ ਪਏਗਾ ਕਿਉਂਕਿ ਸ਼ਹਿਰੀ ਵੋਟ ਭਾਜਪਾ ਮੰਨੀ ਜਾਂਦੀ ਹੈ ਪਿੰਡੂ ਵੋਟ ਅਕਾਲੀ ਦਲ ਦੀ ਮੰਨੀ ਜਾਂਦੀ ਹੈ ਔਰ ਜਦੋਂ ਵੋਟ ਪਰਸੈਂਟੇਜ ਹੁੰਦਾ ਦੋਵਾਂ ਦਾ ਇਕੱਠਾ ਹੋ ਕੇ ਤਾਂ ਇਸ ਦਾ ਲਾਹਾ ਮਿਲਦਾ ਵ ਜੱਕਰ ਮਨਪ੍ਰੀ ਬਾਦਲੇ ਸਾਰੇ ਕਿਨੇ ਕਿਹੜੀ ਪਾਰਟੀ ਸੀ ਕਾਂਗਰਸ ਪਾਰਟੀ ਚ ਇਸ ਵਾਰ ਕਿਹੜੀ ਚਾਗੇ ਬੀਜੇਪੀ ਪਾਰਟੀ ਚ ਪੰਜਾਬ ਦੇ ਲੋਕਾਂ ਦੇ ਜਿਹੜੇ ਬੰਦੇ ਪਰਖੇ ਹੋਏ ਨੇ ਨਾ ਜਿਨ੍ਹਾਂ ਬੰਦਿਆਂ ਨੂੰ ਪੰਜਾਬ ਦੇ ਲੋਕ ਨੇ ਸਬਾਇਆ ਹੋਇਆਗਾ ਜਿਨ੍ਹਾਂ ਜਿਹੜੇ ਪੰਜਾਬ ਚ ਫੇਰ ਹੋਏ ਹੋਏ ਨੇ ਕਿ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਇਆ ਉਹ ਜਿਹੜੀ ਮਰਜ਼ੀ ਪਾਰਟੀ ਚਲੀ ਜਾਣ ਜਿਹੜੀਆਂ ਗੱਠਜੋੜ ਮਰਜ਼ੀ ਕਰਨ ਉਹ ਕਦੇ ਸਕਸੈਸਫੁਲ ਨਹੀਂ ਹੋਣਗੇ ਇਹ ਬੀਜੇਪੀ ਨੂੰ ਪਤਾਗਾ ਇਹ ਭਾਰਤੀ ਜਨਤਾ ਪਾਰਟੀ ਨੂੰ ਪਤਾਗਾ ਕਿ ਜਿਹੜੇ ਚੱਲੇ ਹੋਏ ਕਾਰਤੂਸ ਲੈ ਲਏ ਉਹਨਾਂ ਨੇ ਸਿਰਫ ਕਿਦਨੇ ਕਿਤੇ ਹੁੰਦਾ ਕਿ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਬੰਦੇ ਲੈ ਲੈਣ ਲੱਗਾ ਉਹ ਜਿਹੜੇ ਚੱਲੇ ਹੋਏ ਕਾਰਤੂਸ ਲੈ ਲੈ ਚੱਲੇ ਹੋਏ ਕਾਰਤੂਸ ਇੱਕ ਵਾਰ ਚੱਲਦੇ 12 ਵਾਰ ਨਹੀਂ ਚੱਲਦੇ ਹੈਗੇ ਦੂਸਰਾ ਸੁਪਰੀਮ ਕੋਰਟ ਦੇ ਵਿੱਚ ਚੰਡੀਗੜ੍ਹ ਮੇਅਰ ਦਾ ਮਸਲਾ ਉੱਠਿਆ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਆਫੀਸਰਸ ਹੀ ਉਹਨਾਂ ਨੂੰ ਬੁਲਾ ਲਿੱਤਾ ਗਿਆ ਵੈ ਔਰ ਮਾਕ ਬਾਰੇ ਵੀ ਪੁੱਛਿਆ ਗਿਆ ਕੈਮਰੇ ਬਾਰੇ ਵੀ ਪੁੱਛਿਆ ਗਿਆ ਕੈਮਰੇ ਵੱਲ ਕਿਉਂ ਦੇਖ ਰਹੇ ਸੀ ਵੀਡੀਓਗ੍ਰਾਫੀ ਜਿਹੜੀ ਆ ਉਹ ਹੁਣ ਦੇਖੀ ਜਾਏਗੀ ਔਰ ਸਾਰਾ ਇਸ ਨੂੰ ਦੇਖਿਆ ਜਾਏਗਾ ਔਰ ਨਾਲੇ ਨਾਲ ਅਧਿਕਾਰੀ ਤੋਂ ਪੁੱਛਿਆ ਜਾਏਗਾ ਆ ਦੇਖੋ ਚੰਡੀਗੜ੍ਹ ਮੇਰ ਦੀ ਇਲੈਕਸ਼ਨ ਦੇ ਵਿੱਚ ਦਿਨ ਦਿਹਾੜੇ ਲੋਕਤੰਤਰ ਦੀ ਹੱਤਿਆ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਚ ਕੀਤੀ ਸੀ ਇਹ ਦੇਸ਼ ਦੇ ਸਾਹਮਣੇ ਜਗਜाहਰ ਹੋ ਗਿਆ ਦੇਸ਼ ਦੇ ਬੱਚੇ-ਬੱਚਿਆਂ ਨੂੰ ਪਤਾ ਗਿਆ ਕਿ ਇੱਕ ਪਾਸੇ ਲੋਕਤੰਤਰ ਬਚਾਉਣ ਵਾਲੇ ਲਈ ਲੜਾਈ ਲੜਨ ਵਾਲਾ ਰਵਿੰਦ ਕੇਜਰੀਵਾਲ ਆ ਲੋਕਤੰਤਰ ਨੂੰ ਬਚਾਉਣ ਦੇ ਲਈ ਅਰਵਿੰਦ ਕੇਜਰੀਵਾਲ ਜੀ ਲੜ ਰਹੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਲੜ ਰਹੇ ਨੇ ਔਰ ਦੂਜੇ ਪਾਸੇ ਲੋਕਤੰਤਰ ਨੂੰ ਤਾਰ-ਤਾਰ ਕਰਨ ਵਾਲੇ ਲੋਕਤੰਤਰ ਨੂੰ ਬਰਬਾਦ ਕਰਨ ਵਾਲੇ ਲੋਕਤੰਤਰ ਦਾ ਕਤਲ ਕਰਨ ਵਾਲੇ ਲੋਕਤੰਤਰ ਦਾ ਕਾਹਨ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਿਹਾ ਅਮਿਤ ਸ਼ਾਹ ਨੇ ਕਿਹਾ ਸੋ ਅੱਜ ਮੈਂ ਸਮਝਦਾ ਮਾਨਯੋਗ ਸਾਡੀ ਸੁਪਰੀਮ ਕੋਰਟ ਸਾਹਮਣੇ ਆਈ ਹੈ ਬਹੁਤ ਅੱਛਾ ਕਦਮ ਆ ਸੋ ਮੈਂ ਸਮਝਦਾ ਉਹ ਅਧਿਕਾਰੀ ਦੇ ਉੱਤੇ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਇਹ ਜਿਹੜੇ ਅਧਿਕਾਰੀਆਂ ਨੂੰ ਸਭ ਕੁਝ ਸਿਖਾਉਣਾ ਚਾਹੀਦਾ ਜਿਹੜੇ ਹੱਥ ਥੋਕੇ ਬਣ ਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਕਾਹਨ ਕਰਦੇ ਨੇ ਸੋ ਮੈਂ ਸਮਝਦਾ ਇਸ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਆਮ ਆਦਮੀ ਉਮੀਦਵਾਰ ਸੀਗਾ ਉਹ ਜੇਤੂ ਹੋਇਆ ਕਿ ਇਹ ਮੈਨੂੰ ਲੱਗਦਾ ਇਸ ਗੱਲ ਦੇ ਉੱਤੇ ਆਨਰਬਲ ਸੁਪਰੀਮ ਕੋਰਟ ਜਿਹੜੀ ਆ ਉਹ ਇਸ ਦਾ ਫੈਸਲਾ ਕਰੂਗੀ ਮੈਟਰ ਹਜੇ ਸਭ ਜੁੜਾਈ ਸਪਰ ਲੇਕਿਨ ਜੋ ਤਲਕ ਟਿੱਪਣੀਆਂ ਆ ਆਨਰਬਲ ਸੁਪਰੀਮ ਕੋਰਟ ਨੇ ਕੀਤੀਆਂ ਨੇ ਉਹ ਸਪਸ਼ਟ ਕਰਦੀਆਂ ਨੇ ਕਿ ਆ ਦੇਸ਼ ਦੇ ਅੰਦਰ ਲੋਕਤੰਤਰ ਖਤਰੇ ਵਿੱਚ ਆ ਦੇਸ਼ ਦੇ ਅੰਦਰ ਉਹ ਸੰਵਿਧਾਨ ਸੰਸਥਾਵਾਂ ਜਿਹੜੀਆਂ ਲੋਕਤੰਤਰ ਨੂੰ ਚਲਾਉਂਦੀਆਂ ਨੇਗੀਆਂ ਉਹ ਸੰਸਥਾਵਾਂ ਜਿਨ੍ਹਾਂ ਉੱਤੇ ਮੈਸਾ ਦੇਸ਼ ਦੀ ਬੁਨਿਆਦ ਤੇ ਕੀਤੀ ਹੋਈ ਆ ਅੱਜ ਉਹ ਖਤਰੇ ਵਿੱਚ ਨੇ ਸੋ ਇਸ ਗੱਲ ਕਰਕੇ ਮੈਂ ਸਮਝਦਾਗਾ ਕਿ ਜਿਹੜੀ ਭਾਪੀ ਆ ਉਹਨੂੰ ਲੋਕ ਬੁਰੀ ਤਰ੍ਹਾਂ ਆਉਣ ਵਾਲੇ ਸਮੇਂ 'ਚ ਵੀ ਸਭ ਕੁਝ ਕਹਿੰਦੇ ਲੇਕਿਨ ਦੂਜੇ ਪਾਸੇ ਤਿੰਨ ਕਾਉਂਸਲਰ ਤੁਹਾਡੇ ਸਿੱਧੇ ਦੌਰ ਤੇ ਭਾਜਪਾ 'ਚ ਸ਼ਾਮਲ ਹੋ ਗਏ ਅਰਨ ਸੂਦ ਹੋਰਾਂ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ ਜਿਹੜਾ ਨੰਬਰ ਗੇਮ ਵੀ ਹੁੰਦੀ ਹੈ ਉਹ ਨੰਬਰ ਗੇਮ ਹੁਣ ਭਾਜਪਾ ਦੇ ਪਾਲੇ 'ਚ ਪੈਂਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਮੈਂ ਨੰਬਰ ਗੇਮ ਦੀ ਗੱਲ ਨਹੀਂ ਕਰਦਾ ਕੌਣ ਕਿੱਧਰ ਚਲਾ ਗਿਆ ਪਰ ਲੇਕਿਨ ਇਹ ਤਾਂ ਗੱਲ ਸਪਸ਼ਟ ਆ ਕਿ ਇਹ ਨੰਬਰ ਜਿਹੜੀ ਗੇਮ ਜਿਹੜੀ ਖਰੀਦੋ ਫਰੋਖਤ ਹੋਈ ਆ ਇਸ ਗੱਲ ਨੂੰ ਲੈ ਕੇ ਹੋਈ ਆ ਕਿ ਉਹ ਉਹਨਾਂ ਨੂੰ ਦਿਖ ਰਿਹਾ ਸੀ ਕਿ ਉਹ ਆਨਰੇਬਲ ਸੁਪਰੀਮ ਕੋਰਟ ਚ ਹਾਰਨ ਜਾ ਰਹੇ ਆ ਆ ਆਨਰੇਬਲ ਸੁਪਰੀਮ ਕੋਰਟ ਲੋਕਤੰਤਰ ਦੀ ਰੱਖਿਆ ਕਰੂਗੀ ਸੋ ਇਸ ਗੱਲ ਕਰਕੇ ਚੰਦ ਜਿਹੜੇ ਅੰਕੜੇ ਵਧਾ ਲਓ ਅੰਕੜੇ ਵਧਾਉਣ ਨਾਲ ਨਹੀਂ ਹੋਣਾ ਪਰ ਲੇਕਿਨ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਬੀਜੇਪੀ ਜਿਹੜੀ ਆ ਉਹ ਕਿਤੋਂ ਡਰਦੀ ਆ ਅਰਵਿੰਦ ਕੇਜਰੀਵਾਲ ਤੋਂ ਡਰਦੀ ਆ ਆਮ ਆਦਮੀ ਪਾਰਟੀ ਤੋਂ ਡਰਦੀ ਆ ਤਾਂ ਹੀ ਸਾਡੇ ਕੌਨਸਲ ਤੋੜ ਰਹੇ ਨੇਗੇ ਤਾਂ ਹੀ ਜਿਹੜੀ ਆ ਉਹ ਗੁੰਡਾਗਰਦੀ ਕਰਕੇ ਸ਼ਰੀਆ ਮੈਂ ਸੰਬੰਧ ਦਾ ਡੈਮੋਕਰੇਸੀ ਦਾ ਮਰਡਰ ਕਰਕੇ ਉਹ ਇਲੈਕਸ਼ਨ ਦਾ ਜਿਹੜਾ ਜਿੱਤਣ ਦਾ ਢੋਂਗ ਹੋਇਆ ਸੀ ਜਿਹਦੇ ਉੱਤੇ ਸੁਪਰੀਮ ਕੋਰਟ ਜਿਹੜੀ ਨੇ ਸਖਤ ਟਿੱਪਣੀਆਂ ਕੀਤੀਆਂ ਨੇ ਅਨਰਵਲ ਸੁਪਰੀਮ ਕੋਰਟ ਨੇ ਸੋ ਜਦੋਂ ਵੀ ਕਦੇ ਦੇਸ਼ ਗਲਤ ਪਾਸੇ ਤੁਰਦਾਗਾ ਗਲਤ ਹੱਥਾਂ ਵਿੱਚ ਚਲਿਆ ਜਾਂਦਾਗਾ ਜਦ ਅਜ ਦੇਸ਼ ਨੂੰ ਬਰਬਾਦ ਕਰਨ ਲਈ ਕੋਈ ਤਾਕਤਾਂ ਕਾਬਜ ਹੁੰਦੀਆਂ ਨੇ ਉਹ ਸਮੇਂ ਹੀ ਚਾਹੇ ਜੁਡੀਸ਼ਰੀਅਲ ਹੋਵੇ ਅਨਰਵਲ ਚਾਹੇ ਅਦਾਲਤਾਂ ਨੇ ਸਾਡੀਆਂ ਚਾਹੇ ਲੋਕਤੰਤਰ ਦਾ ਥੰਮ ਜਿਹੜਾ ਪੱਤਰਕਾਰਤਾ ਜਰਨਲਿਜ਼ਮ ਨੂੰ ਅਸੀਂ ਕਹਦੇ ਨੇ ਚਾਹੇ ਉਹ ਸਾਰੇ ਕੁਝ ਉਦੋਂ ਇਕੱਠੇ ਹੁੰਦੇ ਨੇ ਸਮਾਜ ਸਭੰਦਾ ਹੁਣ ਇੱਕ ਸਮਾਂ ਆ ਗਿਆ ਕਿ ਦੇਸ਼ ਦੇ ਅੰਦਰ ਇੱਕ ਬਹੁਤ ਵੱਡੀ ਲਹਿਰ ਜਿਹੜੀ ਆ ਉਹ ਭਾਜਪਾ ਨੂੰ ਹਰਾਉਣ ਦੇ ਚੱਲੂਗੀ ਧੰਨਵਾਦ ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਪਾਇ ਨਿਊਜ਼ 18 ਚੰਡੀਗੜ੍ਹ